ਇਹਦੇ ਘਰ ਵਾਲੇ ਨੇ ਨਾ ਇਹਨੂੰ ਛੱਡ ਕੇ ਦੂਜਾ ਵਿਆਹ ਕਰਾ ਲਿਆ। ਉਹ ਜਿਹੜੀ ਆਪਣਾ ਰਿਸ਼ਤਾ ਨਹੀਂ ਸਾਂਭ ਸਕੀ, ਨਾਲੇ ਬਿਨ ਪਿਓ ਦੇ ਧੀਆਂ ਕਿਵੇਂ ਪੱਲੀਆਂ ਹੋਣਗੀਆਂ। ਮੰਮੀ ਸੰਭਾਲੋ ਮੈਂ ਆਪਣਾ। हाय रब्बा, ये की हो रहा है? सानू तो कुछ समझ नहीं आ रहा। मम्मी मैं जा रही हूँ दीदा दरवाजा खोलन। मम्मी मैंने अंदर बंद करने ना चंदे दे, तुझे ये ना यहाँ से फटकार लगाओ कि ये दोबारा साढ़े दरवाजे पे आने सोचे भी ना। रब भला करे भैन जी, तुहानू तो पता ही है अजकल दे बच्चों का खून कुछ ज्यादा ही गर्म होंदा है। ओ भैन जी, नाले जिथे चार भांडे हो आपस में खड़कते होंगे ने, अजकल तो हरे घर विच इको ही कहानी है जी। नाले भैन जी तुसे फिकर ना करो, इन्हां दे पापा भावे साडे नाल नहीं रहिंदे पर ओ व्याह ते जरूर होणगे। हाँ भैन जी, कन्यादान तो कुड़ी दा प्यो ही करूगा। हुणे हुणे जिद्दां उन्हां दी दूसरी वाटी तमाशा करके गई है ना, ते नाले जिद्दां असीं तुहाडी धी दी लड़ाई देखी है उहदे नाल, सानू नहीं लगदा कि उन्हां दा तुहाडे नाल कोई वाह वास्ता है। नहीं नहीं आंटी जी, इहदा ना कुछ भी नहीं है। सरगुण दी नूं जिन्नी छेती गुस्सा आंदा है उन्नी छेती शांत भी हो ही जांदा है। हां जी, ते पापा जी भी जरूर आणगे। हां जे तुसीं कह रहे हो तां कहण नूं बचिया की है। ਤੁਹਾਡੀਆਂ ਧੀਆਂ ਬਿਨਾਂ ਪਿਓ ਤੋਂ ਪਲੀਆਂ ਨੇ, ਉਹ ਗੱਲ ਵੱਖਰੀ ਏ ਕਿ ਤੁਸੀਂ ਕੋਈ ਕਮੀ ਨਹੀਂ ਛੱਡੀ, ਪਰ ਜੇ ਅੱਜ ਇਹਨਾਂ ਦਾ ਪਿਓ ਹੁੰਦਾ ਤਾਂ ਤੁਹਾਡੀ ਕੁੜੀ ਦੀ ਇੰਨੀ ਜ਼ਬਾਨ ਨਾ ਖੁੱਲਦੀ। ਨਾਲੇ ਤੁਹਾਡਾ ਪਤੀ ਦੂਜਾ ਘਰ ਵਸਾਉਣ ਤੋਂ ਬਾਅਦ ਇੱਥੇ ਕਿਉਂ ਆਏਗਾ? ਜਿੱਦਾਂ ਦੀ ਉਹਦੀ ਵਾਟੀ ਏ ਨਾ, ਕੰਨਿਆਦਾਨ ਤਾਂ ਦੂਰ ਦੀ ਗੱਲ, ਉਹ ਇੱਥੇ ਇਹਨੂੰ ਪੈਰ ਵੀ ਨਾ ਪਾਉਣ ਦੇਵੇ। ਰੱਬ ਭਲਾ ਕਰੇ ਭੈਣ ਜੀ, ਤੁਸੀਂ ਗਲਤ ਸਮਝ ਰਹੇ ਹੋ। ਇਹ ਤਾਂ ਬੱਚੇ ਦੀ ਨਾ ਸਮਝੀ ਨਾਲ ਗੱਲ ਵਿਗੜ ਗਈ। ਅਸੀਂ ਸਾਰੇ ਤਾਂ ਰਲ ਮਿਲ ਕੇ ਰਹਿੰਦੇ ਆ। ਮਾਫ ਕਰਨਾ ਆਸ਼ਾ ਭੈਣ ਜੀ, ਮੈਨੂੰ ਮੇਰੇ ਪੁੱਤਰ ਵਾਸਤੇ ਘਰੇਲੂ ਸ਼ਰੀਫ ਤੇ ਖਾਨਦਾਨੀ ਕੁੜੀ ਚਾਹੀਦੀ ਏ। ਭਾਵੇਂ ਤੁਹਾਡੀ ਕੁੜੀ ਵਿੱਚ ਕੋਈ ਕਮੀ ਨਹੀਂ, ਪਰ ਤੁਹਾਡੀਆਂ ਆਪਸੀ ਲੜਾਈਆਂ ਤੋਂ ਨਾ ਸਾਨੂੰ ਡਰ ਲੱਗਦਾ। ਨਾਲੇ ਜਿਸ ਕੁੜੀ ਨੇ ਆਪਣੇ ਘਰ ਵਿੱਚ ਰਿਸ਼ਤੇ ਨਿਭਦੇ ਨਹੀਂ ਦੇਖੇ, ਉਹ ਸਾਡੇ ਘਰ ਵਿੱਚ ਆ ਕੇ ਕੀ ਰਿਸ਼ਤੇ ਸੰਭਾਲੇਗੀ? मंजूर नहीं। भैन जी तुसी इहदा जल्दबाजी ना करो, एक बारी ठंडे दिमाग नाल सोचो। हाँ भैन जी, किस घर में लड़ाई नहीं होती? भैन जी असि बैठ के गल कर लेने हैं। ना जी ना, सानू तुसी माफ करो। चलो जी। वाह, जब तक वो औरत नहीं आई सी उदो तक तो असि बड़े चंगे सी, हुण असि माड़े हो गए ते सानू रिश्ते दी समझ नहीं है। सरगुण चुप, बिल्कुल चुप, एक शब्द होर नहीं। भैन जी तुसी इहदी गल दा बुरा ना मन्नियो। आ वेखो, मैं तुहाडे अगे हाथ जोड़ रही हूं भैन जी, रिश्ता ना तोड़ के जाओ तुसी। मम्मा नहीं मम्मी, ਕੀ ਤੁਸੀਂ ਆਪਣੀ ਧੀ ਦਾ ਰਿਸ਼ਤਾ ਅਜਿਹੇ ਕਰਨਾ ਚਾਹੁੰਦੇ ਹੋ ਜਿੱਥੇ ਸਾਡੇ ਹਾਲਾਤਾਂ ਨੂੰ ਸਮਝਿਆ ਹੀ ਨਾ ਜਾ ਸਕੇ?
नाले रही गल रिश्ते संभालन दी आंटी च, तां मैनूं नहीं लगदा कि सानवी दीदी ने रिश्ते संभालन च कोई भी कमी छड़नी सी, क्योंकि इह तां उस मां दी धी है जिहड़ी आप मुसीबतां ते पहाड़ थले दब्बन तों बाद भी अपने हर रिश्ते नूं संभालदे आए दे। हाले तुसी दसो इह केड़े कानून च लिखा है कि ओहदे प्यो दी गलती दी सजा ओहदी धी नूं मिलनी चाहीदी है। नाले इहदे च सानवी दीदी की गलती है, नाले सानवी दीदी च कमी की है? ਇਹੀ ਕਿ ਉਹਨਾਂ ਦਾ ਕੰਨਿਆਦਾਨ ਕਰਨ ਲਈ ਉਹਨਾਂ ਦਾ ਪਿਓ ਉਹਨਾਂ ਦੇ ਨਾਲ ਨਹੀਂ ਹੈ। ਕਿ ਜਿਹੜੀ ਮਾਂ ਤੁਹਾਡੇ ਅੱਗੇ ਰਿਸ਼ਤੇ ਲਈ ਹੱਥ ਜੋੜ ਰਹੀ ਹੈ, ਇਸ ਮਾਂ ਨੇ ਤੰਦੂਰ ਦੀ ਮਿੱਟੀ ਦੇ ਨਾਲ ਮਿੱਟੀ ਹੋ ਕੇ ਸਾਨੂੰ ਪਾਲਿਆ, ਤੇ ਜਿਸ ਸੰਸਕਾਰਾਂ ਦੀ ਗੁੜਤੀ ਇਹਨਾਂ ਨੇ ਸਾਨੂੰ ਦਿੱਤੀ ਹੈ ਨਾ, ਉਹ ਗੁੜਤੀ ਤਾਂ ਸਾਡਾ ਪਿਓ ਵੀ ਸਾਨੂੰ ਦੇ ਨਹੀਂ ਸਕਦਾ ਸੀ। ਤੇ ਇਸ ਮਾਂ ਨੇ ਸਾਡੇ ਪਿਓ ਹੋਣ ਦਾ ਪੂਰਾ ਫਰਜ਼ ਨਿਭਾਇਆ, ਤੇ ਤੁਹਾਨੂੰ ਨਹੀਂ ਲੱਗਦਾ ਕਿ ਉਸ ਮਾਂ ਨੂੰ ਆਪਣੀ ਧੀਆਂ ਦਾ ਕੰਨਿਆਦਾਨ ਕਰਨ ਦਾ ਪੂਰਾ ਪੂਰਾ ਹੱਕ ਮਿਲਣਾ ਚਾਹੀਦਾ? ਤੁਸੀਂ ਰਿਸ਼ਤਾ ਤਾਂ ਸਾਡੇ ਨਾਲ ਜੋੜਨ ਆਏ ਸੀ, ਪਰ ਤੁਸੀਂ ਭਰੋਸਾ ਤਾਂ ਉਸ ਔਰਤ ਦੀ ਗੱਲਾਂ ਤੇ ਕੀਤਾ ਜੋ ਔਰਤ ਸਾਡੇ ਪਰਿਵਾਰ ਦਾ ਹਿੱਸਾ ਹੈ ਹੀ ਨਹੀਂ। ਹਾਲੇ ਆਂਟੀ ਜੀ, ਰਿਸ਼ਤੇ ਨਾ ਭਰੋਸੇ ਨਾਲ ਬਣਦੇ ਨੇ, ਤੇ ਜਿੱਥੇ ਭਰੋਸਾ ਨਹੀਂ ਉੱਥੇ ਰਿਸ਼ਤਾ ਵੀ ਨਹੀਂ ਹੋ ਸਕਦਾ। ਇਸ ਕਰਕੇ ਤੁਸੀਂ ਕੀ ਰਿਸ਼ਤਾ ਤੋੜੋ? ਅਸੀਂ ਹੁਣ ਆਪ ਹੀ ਰਿਸ਼ਤਾ ਨਹੀਂ ਜੋੜਨਾ ਚਾਹੁੰਦੇ। ਭੈਣ ਜੀ ਮੇਰੀ ਗੱਲ ਤਾਂ ਸੁਣਦੇ ਜਾਓ, ਸਾਰੇ ਰਿਸ਼ਤੇ ਖਤਮ ਹੋ ਗਏ। ਸਰਗੁਣ ਪਲੀਜ਼ ਬਸ ਕਰ। ਮੰਮੀ ਤੁਸੀਂ ਕਿਉਂ ਲੋਕਾਂ ਦੇ ਸਾਹਮਣੇ ਹੱਥ ਜੋੜਦੇ ਹੋ? ਦੁਨੀਆ ਤਾਂ ਉਹੀ ਵੇਖਦੀ ਹੈ ਜੋ ਵੇਖਣਾ ਚਾਹੁੰਦੀ ਹੈ, ਤੇ ਤੁਹਾਡਾ ਸਟਰਗਲ ਕਿਸੇ ਨੇ ਨਹੀਂ ਵੇਖਣਾ।